ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋ ਗਏ ਅੱਜ ਇਸ ਵੇਲੇ ਦੀ ਵੱਡੀ ਖਬਰ ਹੁਣੇ-ਹੁਣੇ ਮੱਥਾ ਟੇਕਣ ਜਾ ਰਹੀ ਸੰਗਤ ਦੇ ਨਾਲ ਵਾਪਰਿਆ ਕਹਿ ਰਹੀਆਂ ਮੌਤਾਂ ਛਾਇਆ ਸੂਗ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੁਝ ਲੋਕ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਜਾ ਰਹੇ ਸੀ ਰਸਤੇ ਵਿੱਚ ਉਹਨਾਂ ਦੀ ਫੋਰਸ ਗੱਡੀ ਇੱਕ ਕ ਮੋਟਰਸਾਈਕਲ ਸਵਾਰ ਦੇ ਜੋੜੇ ਨਾਲ ਟਕਰਾ ਗਈ ਪਤੀ ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਸੜਕ ਪਾਰ ਕਰ ਰਹੇ ਸੀ ਕਿ ਪਿੱਛੋਂ ਆਰੀ ਫੋਰਸ ਗੱਡੀ ਉਹਨਾਂ ਦੇ ਵਿੱਚ ਜਾ ਵੱਜੀ ਜਿਸ ਕਾਰਨ ਮੌਕੇ ਤੇ ਹੀ ਪਤਨੀ ਦੀ ਮੌਤ ਹੋ ਗਈ ਤੇ ਪਤੀ ਜ਼ਖਮੀ ਹੋ ਗਿਆ ਤੇ ਤਾਪ ਨਾ ਸਹਿਣ ਕਰਦੇ ਹੋਏ ਰਸਤੇ ਵਿੱਚ ਦਮ ਤੋੜ ਗਿਆ ਤੇ ਪਤੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਾਰਤੀ ਕਰਵਾਉਣ ਲਈ ਲਿਆਂਦਾ ਗਿਆ ਸੀ ਪਰ ਉਸ ਨੇ ਹਸਪਤਾਲ ਦੇ ਬਾਹਰ ਹੀ ਦਮ ਤੋੜ ਦਿੱਤਾ ਤੇ ਪਰਿਵਾਰ ਦੋ ਪਰਿਵਾਰਕ ਮੈਂਬਰਾਂ ਨੂੰ ਗਵਾਉਣ ਤੋਂ ਬਾਅਦ 7ਵੇਂ ਬਚਿਆ ਤੇ ਇਲਾਕੇ ਵਿੱਚ ਸੂਕ ਦੀ ਲਹਿਰ ਫੈਲ ਗਈ ਤੇ ਇਹ ਹਾਰਸਾ ਮਲਸਿੰਘਾ ਵਿਖੇ ਵਾਪਰਿਆ ਹੈ ਦੱਸਣਾ ਬਣਦਾ ਹੈ ਕਿ ਸ਼ਾਹਕੋਟ ਮਲਸਿੰਘਾ ਵਿਖੇ ਸਵੇਰੇ ਇਹ ਦਰਦਨਾਕ ਘਟਨਾ ਵਾਪਰੀ ਅਤੇ ਮੋਟਰਸਾਈਕਲ ਸਵਾਰ ਜੋੜੇ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ ਪੈਂ ਤੇ ਮੋਟਰਸਾਈਕਲ ਦੀ ਪੋਰਸ ਘੱਡੀ ਦੇ ਨਾਲ ਟੱਕਰ ਬਹੁਤ ਜ਼ਬਰਦਸਤ ਹੋਈ ਅਤੇ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਆਏ ਦਿਨ ਵਾਪਰਦੇ ਇਹ ਹਾਰਸੇ ਕਈ ਸਵਾਲ ਖੜੇ ਕਰਦੇ ਹਨ ਲਗਾਤਾਰ ਛੜਕੀ ਹਸਨ ਵਿੱਚ ਕਈ ਕਾਰ ਉਜੜ ਰਹੇ ਹਨ ਤੇ ਲਗਾਤਾਰ ਵਾਪਰਦੇ ਇਹ ਹਾਰਸੇ ਕਈ ਸੁਵਾਲੀਆ ਨਿਸ਼ਾਨ ਖੜੇ ਕਰਦੇ ਹਨ ਆਖਰਕਾਰ ਗਲਤੀ ਕਿਸ ਧਰ ਦੀ ਹੈ ਤੇ ਇਹ ਹਾਰਸੇ ਕਿਉਂ ਵਾਪਰਦੇ ਹਨ ਕਿ ਸਰਕਾਰ ਨੂੰ ਕੁਝ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਇਸ ਬਾਰੇ ਦੋਸਤੋ ਆਪਣੀ ਟਿੱਪਣੀ ਵੀ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ